ਨਮਸਕਾਰ ਸਸਕਾਲ ਤੁਸੀਂ ਵੇਖ ਰਹੇ ਹੋ ਸੁਣੋ ਪੰਜਾਬ ਤੇ ਪੰਜਾਬ ਦੇ ਇੱਕੋ ਇੱਕ ਪੰਜਾਬੀ ਨਿਊਜ਼ ਚੈਨਲ ਇੰਡੀਆ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਹੈ ਸੁਣੋ ਪੰਜਾਬ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਪ੍ਰੋਫੈਸਰ ਪੰਡਿਤ ਰਾਓ ਤਨੇਰਵਰ ਪ੍ਰੋਫੈਸਰ ਸਾਹਿਬ ਆਪਣੀ ਪੰਜਾਬੀ ਭਾਸ਼ਾ ਦੇ ਪ੍ਰਤੀ ਪ੍ਰੇਮ ਦੇ ਲਈ ਪੰਜਾਬ ਦੇ ਵਿੱਚ ਜਾਣੇ ਜਾਂਦੇ ਨੇ ਤੇ ਸਾਡੇ ਨਾਲ ਅੱਜ ਮੌਜੂਦ ਨੇ ਗੁਰਦਾਸ ਮਾਨ ਨੂੰ ਵੀ ਗਾਇਕੀ ਨੂੰ ਲੈ ਕੇ ਉਹਨਾਂ ਨੇ ਸ਼ਿਕਾਇਤ ਕੀਤੀ ਪਹਿਲਾਂ ਅਪੀਲਾ ਕੀਤੀਆਂ ਤੇ ਗੁਰਦਾਸ ਮਾਨ ਨੇ ਵੀ ਉਹਨਾਂ ਨੂੰ ਆਪਣੇ ਅੰਦਾਜ਼ ਦੇ ਵਿੱਚ ਕੱਲ ਯਾਨੀ ਬੀਤੇ ਦਿਨੀ ਜਵਾਬ ਦਿੱਤਾ ਹੈ ਪੰਡਿਤ ਰਾਉਤ ਨਿਰਵਰ ਸਾਡੇ ਨਾਲ ਮੌਜੂਦ ਨੇ ਪੰਡਿਤ ਜੀ ਬਹੁਤ ਬਹੁਤ ਸਵਾਗਤ ਹੈ ਸੋਨੋ ਪੰਜਾਬ ਦੇ ਵਿੱਚ ਪੰਡਿਤ ਜੀ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਇਹ ਦੱਸ ਦਈਏ ਕਿ ਆਖਿਰ ਪ੍ਰੋਫੈਸਰ ਪੰਡਿਤ ਰਾਉਤ ਨਿਰਵਰ ਕੌਣ ਨੇ ਜਿਹੜੇ ਪੰਜਾਬ ਚ ਆਏ ਹੋਏ ਨੇ ਤੇ ਅਕਸਰ ਸੁਰਖੀਆਂ ਚ ਰਹਿੰਦੇ ਨੇ ਹੱਥਾਂ ਚ ਬੋਰਡ ਫੜੀ ਦਿਖਾਈ ਦਿੰਦੇ ਨੇ ਕੌਣ ਨੇ ਪ੍ਰੋਫੈਸਰ ਬੋਰ ਤੁਸੀਂ ਅੱਜ ਵੀ ਲੈ ਆਏ ਹੋ ਪਰ ਇਹ ਪੰਡਿਤ ਰਾਓ ਤਨੇਰਵਰ ਕੌਣ ਨੇ ਜੋ ਪੰਜਾਬ ਦੇ ਵਿੱਚ ਪਹੁੰਚੇ ਨੇ ਕੀ ਕਰ ਰਹੇ ਨੇ ਕੀ ਇਹਨਾਂ ਦਾ ਮਕਸਦ ਹੈ ਤੁਹਾਡੀ ਜ਼ੁਬਾਨੀ ਤੁਸੀਂ ਆਪ ਹੀ ਦੱਸੋ ਪੰਜਾਬ ਦੇ ਲੋਕਾਂ ਨੂੰ ਕੌਣ ਹੋ ਤੁਸੀਂ ਪ੍ਰੋਫੈਸਰ ਸਾਹਿਬ ਜੀ ਸਭ ਤੋਂ ਪਹਿਲਾਂ ਇੰਡੀਆ ਨਿਊਜ਼ ਨੂੰ ਮੈਂ ਸਲਾਮ ਕਰਦਾ ਇਹ ਇਸ ਮੁੱਦੇ ਤੇ ਬਹਿਸ ਰੱਖਣ ਲਈ ਤਾਂ ਤੁਸੀਂ ਪੁੱਛਿਆ ਕੌਣ ਹੋ ਤੁਸੀਂ ਮੈਂ ਤਾਂ ਇੱਕ ਮੁਸਾਫਿਰ ਹਾਂ ਮੈਂ ਤਾਂ ਸੱਚ ਦੇ ਰਾਹ ਤੇ ਚੱਲਣ ਵਾਲਾ ਹਾਂ ਮੈਂ ਬਾਬਾ ਨਾਨਕ ਦੇ ਪੁੱਤ ਹਾਂ ਜੋ ਸੱਚ ਦੇ ਰਾਹ ਤੇ ਚੱਲਣ ਚੱਲਦੇ ਨੇ ਓਕੇ ਬਾਬਾ ਨਾਨਕ ਜਿੱਥੇ ਵੀ ਗਏ ਨੇ ਸੱਚ ਦੇ ਰਾਹ ਤੇ ਚੱਲਣ ਦਾ ਸਿੱਖ ਸਿਖਾਏ ਨੇ ਮੈਂ ਕਰਨਾਟਕ ਤੋਂ ਪਾਵੇ ਹਾਂ ਪਰ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਿੱਚ ਵੱਸਦਾ ਏ ਬਾਈ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ ਉਸ ਸ਼ਹਿਰ ਦੇ ਵਿੱਚ ਵਸਦਾ ਏ ਪੰਜਾਬ ਦੇ ਰੋਟੀ ਰੋਜ਼ ਖਾਦਾ ਏ ਮੈਂ ਰੋਜ਼ ਪੰਜਾਬ ਦੀ ਪਾਣੀ ਪੀਂਦਾ ਏ ਇਸ ਲਈ ਪੰਜਾਬੀ ਪਛਾਦੀ ਸਤਕਾਰ ਕਰਦੇ ਹੋਏ 35 ਨੂੰ ਸਰ ਤੇ ਰੱਖ ਕੇ ਕੁੰਮਨ ਵਾਲਾ ਮੈਂ ਪੰਡਿਤ राव ਹਾਂ ਇੱਕ ਸਿੱਖਿਆਖਾ ਸਿੱਖਣ ਵਾਲਾ ਹਾਂ ਇੱਕ ਸਿੱਖਿਅਕ ਹੋ ਸਿੱਖਣ ਵਾਲਿਓ ਪਰ ਤੁਸੀਂ ਤਾਂ ਹੁਣ ਸਿਖਾਣ ਚੱਲ ਪਏ ਤੁਸੀਂ ਕਹਿ ਰਹੇ ਸਿੱਖਣ ਵਾਲਿਓ ਹੁਣ ਕਹਿੰਦੇ ਆ ਕਿ ਪੰਡਤ ਜੀ ਤਾਂ ਸਿੱਖਣ ਲੱਗ ਗਏ ਨੇ ਸਾਰਿਆਂ ਦੀ ਭਵਿੱਖਬਾਣੀ ਦੱਸਣ ਲੱਗ ਗਏ ਨੇ ਅਕਸਰ ਬੋਰਡ ਹੱਥ 'ਚ ਫੜੀ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਅਕਸਰ ਦਿਖਾਈ ਜਾਂਦੇ ਨੇ ਕਦੀ ਕਿਸੇ ਦੇ ਘਰ ਦੇ ਬਾਹਰ ਕਦੀ ਸੜਕਾਂ 'ਤੇ ਅਜੇਹਾ ਕੀ ਹੋ ਗਿਆ ਪੰਡਤ ਜੀ ਕਿ ਤੁਸੀਂ ਆ ਬੋਰਡ ਲਈ ਹੱਥ 'ਚ ਦਿਖਾਈ ਦਿੰਦੇ ਹੋ ਵੱਖ-ਵੱਖ ਥਾਵਾਂ 'ਤੇ ਜੀ ਜੀ ਕਿਉਂਕਿ ਪੰਜਾਬ ਦੀ ਰੋਟੀ ਖਾ ਕੇ ਪੰਜਾਬੀ ਪਾਣੀ ਪੀ ਕੇ ਪੰਜਾਬੀ ਭਾਸ਼ਾ ਦਾ ਸਤਿਕਾਰ ਨਾ ਕਰਨ ਵਾਲੇ ਲੋਕ ਪੰਜਾਬ ਦੇ ਵਿੱਚ ਜ਼ਿਆਦਾ ਹੋ ਚੁੱਕੇ ਨੇ ਪੰਜਾਬੀ ਭਾਸ਼ਾ ਦੀ ਸਤਿਕਾਰ ਨਾ ਕਰਨ ਵਾਲੇ ਲੋਕ ਹਰ ਥਾਤੇ ਅੰਗਰੇਜ਼ੀ ਵਿੱਚ ਆਪਣੀ ਨਾਮ ਲਿਖਵਾਉਣ ਦੇ ਕਰਦੇ ਸਾਹਮਣੇ ਕਰਦੇ ਵਿੱਚ ਪੰਜਾਬੀ ਅਖਬਾਰ ਨਹੀਂ ਪਹੁੰਚਦੇ ਪੰਜਾਬੀ ਦੀ ਨਿਊਜ਼ ਚੈਨਲ ਨਹੀਂ ਦੇਖਦੇ ਇਹ ਲੋਕ ਇਹ ਲੋਕ ਦੂਜੇ ਭਾਸ਼ਾ ਦੀ हिदायत कर देने मंच एक कर देने। ते एक वड्डे ਕਲਾਕਾਰ ਪੰਜਾਬੀ ਪਾਸ਼ਾ ਨੂੰ ਛੱਡ ਕੇ ਕਿਸੇ ਹੋਰ ਪਾਸ਼ਾ ਦੀ ਵਕਾਲਤ ਕਰ ਦੇਨੇ ਇਸ ਲਈ ਮੈਂ ਪੰਜਾਬੀ ਪਾਸ਼ਾ ਨੂੰ ਸਰ ਤੇ ਰੱਖ ਕੇ ਕਹੁੰਦਾਏ ਜੇਕਰ ਤੁਸੀਂ ਪੰਜਾਬੀ ਰੋਟੀ ਖਾਦੇ ਹੋ ਜੇਕਰ ਪੰਜਾਬੀ ਪਾਣੀ ਪੀਂਦੇ ਹੋ ਤਾਂ ਪੰਜਾਬੀ ਪਾਸ਼ਾ ਦਾ ਸਤਕਾਰ ਕਰੋ ਤੇ ਵਕਾਲਤ ਕਰੋ ਪੰਡਿਤ ਜੀ ਪੰਡਿਤ ਜੀ ਫਿਰ ਇਹ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪੰਜਾਬੀ ਭਾਸ਼ਾ ਦਾ ਸਤਿਕਾਰ ਕਰੋ ਮਤਲਬ ਕਿ ਜਿੰਨਾ ਦੀ ਤੁਸੀਂ ਗੱਲ ਕਰ ਰਹੇ ਹੋ ਮੰਚ ਦੇ ਉੱਪਰ ਜੋ ਲੋਕ ਪੰਜਾਬੀ ਮਾਂ ਬੋਲੀ ਨੂੰ ਨਹੀਂ ਮੰਨਦੇ ਜਾਂ ਹੋਰ ਭਾਸ਼ਾਵਾਂ ਨੂੰ ਬੋਲਦੇ ਨੇ ਕਿ ਉਹ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਨਹੀਂ ਕਰ ਰਹੇ ਜਾਂ ਉਸ ਨੂੰ ਪਿਆਰ ਨਹੀਂ ਕਰ ਰਹੇ ਇਹ ਇਹ ਕਿਹੜੇ ਪੈਰਾਮੀਟਰ ਤੇ ਤੁਸੀਂ ਡਿਸਾਈਡ ਕਰ ਰਹੇ ਹੋ ਤੇ ਕਿਹੜੇ-ਕਿਹੜੇ ਤੁਸੀਂ ਉਹਨਾਂ ਨਾਮਵਰ ਸਿੰਘਰਾਂ ਦੀ ਗੱਲ ਕਰ ਰਹੇ ਹੋ ਜਿਨ੍ਹਾਂ ਦੇ ਬਾਰੇ ਤੁਸੀਂ ਇਹ ਝੰਡਾ ਚੱਕਿਆ ਨਾ ਤੇ ਨਹੀਂ ਜੀ ਜੀ ਬਿਲਕੁਲ ਦੇਖੋ ਦੱਖਣ ਭਾਰਤ ਦੇ ਵਿੱਚ ਜਿੰਨੇ ਵੀ ਕਲਾਕਾਰ ਨੇ ਵੱਡੇ ਵੱਡੇ ਪਾਵੇ ਰਜਨੀਕਾਂਤ ਹੋਵੇ ਕਮਲ ਹਸਨ ਹੋਵੇ ਡਾਕਟਰ ਰਾਜਕੁਮਾਰ ਹੋਵੇ ਆਖਰੀ ਦਮ ਤੱਕ ਡਾਕਟਰ ਰਾਜਕੁਮਾਰ ਕਰਨਾਟਕ ਦੇ ਵਿੱਚ ਕੰਨੜ ਭਾਸ਼ਾ ਦੀ ਵਕਾਲਤ ਕਰਦੇ ਹੋਏ ਮਰ ਗਏ ਨੇ ਕਮਲ ਹਸਨ ਤੇ ਰਜਨੀਕਾਂਤ ਹਲੇ ਵੀ ਤਮਿਲ ਭਾਸ਼ਾ ਦੀ ਵਕਾਲਤ ਕਰਦੇ ਨੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਵਰਤੋ ਕਰਕੇ ਉਹ ਨਾਮ ਘਟਖਟਿਆ ਮਾਇਆ ਘਟਿਆ ਹੁਣ ਪੰਜਾਬੀ ਪਾਸ਼ਾ ਛੱਡ ਕੇ ਕਿਸੇ ਹੋਰ ਪਾਸ਼ਾ ਦੀ ਵਕਾਲਤ ਕਰਨਾ ਕਿੱਥੋਂ ਦੀ ਇਨਸਾਫ ਹੈ ਪੰਜਾਬੀ ਇੰਨੀ ਖੂਬਸੂਰਤ ਪਾਸ਼ਾ ਇੰਨੀ ਰੂਹਾਨੀਅਤ ਪਾਸ਼ਾ ਇੰਨੀ ਮਧੁਰ ਪਾਸ਼ਾ ਇਸ ਪਾਸ਼ਾ ਦੀ ਗਲਤ ਵਰਤੋਂ ਕਰਕੇ ਲੱੱਚਰ ਸ਼ਰਾਬੀ ਹਤਿਆਰੀ ਗਾਣਾ ਗਾਉਣਾ ਕਿੱਥੋਂ ਦੀ ਇਨਸਾਫ ਹੈ ਔਰਤ ਦੀ ਬੇਇੱਜ਼ਤੀ ਕਰਨਾ ਇਸ ਪਾਸ਼ਾ ਦੇ ਵਿੱਚ ਕਿੱਥੋਂ ਦੀ ਇਨਸਾਫ ਹੈ ਸਰ ਇਸ ਲਈ ਮੈਂ ਹਰ ਦਾ ਥੱਕੇ ਖੜ ਜਾਂਦਾ ਹਾਂ ਹਮ ਪੰਡਿਤ ਜੀ ਇੱਕ ਸਵਾਲ ਜਿਹੜਾ ਨਾ ਹਰ ਪੰਜਾਬੀ ਦੇ ਜ਼ਿਹਨ ਦੇ ਵਿੱਚ ਆ ਰਿਹਾ ਹੋਵੇਗਾ ਉਹ ਇਹ ਕਿ ਪੰਡਿਤ ਜੀ ਆਪ ਤਾਂ ਕਰਨਾਟਕਾ ਤੋਂ ਨੇ ਪੰਜਾਬ ਚ ਆ ਕੇ ਚੰਡੀਗੜ੍ਹ ਚ ਬੈ ਕੇ ਪੰਜਾਬੀ ਦੀ ਵਕਾਲਤ ਕਰ ਰਹੇ ਆ ਇਸ ਦੇ ਪਿੱਛੇ ਕਾਰਨ ਕੀ ਹੈ ਇੱਕ ਤਾਂ ਇਹ ਦੱਸੋ ਫਿਰ ਆਪਾਂ ਅੱਗੇ ਵਧਾਂਗੇ ਇੱਕ ਹਰ ਪੰਜਾਬੀ ਨੂੰ ਇਹ ਤਾਂ ਪਤਾ ਚੱਲਣਾ ਚਾਹੀਦਾ ਹੈ ਕਿ ਪੰਡਿਤ ਜੀ ਆਪ ਕੰਮ ਕਰਦਾ ਤੋਂ ਹੈਗੇ ਪਤਾ ਤਾਂ ਚੱਲੇ ਜੀ ਕਾਰਨ ਇੱਕੋ ਇੱਕ ਹੈ ਸਰ ਹਾਂ ਜੀ ਜੀ ਮਹਾਰਾਜ ਬਹੁਤੀ ਨਿਮਰਤਾ ਨਾਲ ਮੈਂ ਦੱਸਣਾ ਚਾਹਾਂਗਾ ਪਾਵੇ ਮੈਂ ਕਰਨਾਟਕ ਤੋਂ ਹਾਂ ਪਰ ਫਿਲਹਾਲ ਮੈਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦਾ ਹੈ ਪੰਜਾਬ ਦੀ ਰੋਟੀ ਖਾਦਾ ਹੈ ਰੋਜ਼ ਮੈਂ ंबर पानी पींदा है मैं इसलिए पंजाबी भाषा का सत्कार करना मेरा तर्म है यही इंसानियत है मेरा पिताजी एक स्कूल टीचर सन उन्होंने मैं बचपन के सिखाया भावे जिंदगी जिथे मर्जी वस जाओ उत्थी भाषा तो सभ्याचार लोगों का सम्मान करो ये एक उदाहरण भी दिते सन मेरे पिता जी वो कहें सन कि जेकर एक कुत्ता जेकर एक कुत्ता एक रोटी खाधा है ਪੂਰਾ ਕਰ ਦੇ ਪੂਰਾ ਰਾਤ ਭਰ ਉਸ ਕਰਦੀ ਰੱਖਿਆ ਕਰਕੇ ਮੁੜ ਕੇ ਆਉਂਦੀ ਇਹ ਕੁੱਤਾ ਵਾਪਸ ਜੇਕਰ ਮੈਂ ਪੰਜਾਬ ਦੀ ਰੋਟੀ ਰੋਜ਼ ਖਾਦਾਏ ਇੰਨੀ ਮੈਂ ਕਿਉਂ ਨਹੀਂ ਕਰ ਸਕਦਾ ਇਸ ਲਈ ਮੈਂ ਕਰਦਾਏ ਓਕੇ ਤੇ ਤੁਸੀਂ ਚਲੋ ਠੀਕ ਹੈ ਚੰਗੀ ਗੱਲ ਹੈ ਤੁਸੀਂ ਪੰਜਾਬ ਦਾ ਨਮਕ ਖਾਂਦੇ ਪੰਜਾਬ ਦੀ ਰੋਟੀ ਖਾਂਦੇ ਉੱਥੇ ਦਾ ਪਾਣੀ ਪੀਂਦੇ ਬਹੁਤ ਚੰਗੀ ਗੱਲ ਹੈ ਤੇ ਇਸ ਦਾ ਤੁਸੀਂ ਹੱਕ ਜੜਾਦਾ ਇਸ ਤਰੀਕੇ ਨਾਲ ਕਰ ਰਹੇ ਹੋ ਸਾਰੇ ਨੂੰ ਜਗਾ ਰਹੇ ਹੋ ਕਿਹੜੇ ਸਿੰਗਰਾਂ ਦੇ ਵਿੱਚ ਤੁਹਾਨੂੰ আপত্তি ਜ਼ਾਹਿਰ ਹੋਈ ਹੈ ਕਿਹੜੇ ਅਜਿਹੇ ਗਾਇਕ ਸਨ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਸਤਕਾਰ ਉਹ ਨਹੀਂ ਕਰ ਰਹੇ ਤੇ ਤੁਸੀਂ ਸੋਚਿਆ ਕਿ ਹੁਣ ਇਹਨਾਂ ਦੇ ਖਿਲਾਫ ਝੰਡਾ ਚੁੱਕਣਾ ਹੀ ਪੈਣਾ ਹੈ ਯਾਨੀ ਆਪਣੀ ਤਖਤੀ ਆਪਣਾ ਬੋਰਡ ਫੜਨਾ ਹੀ ਪੈਣਾ ਹੈ ਤੇ ਤੁਸੀਂ ਬੋਰਡ ਫੜ ਕੇ ਆਪਣਾ ਖੜ ਗਏ ਜੀ ਜੀ ਪਾਵੇ ਉਹ 15 17 ਸਾਲ ਤੋਂ ਪਹਿਲਾਂ ਕਰਦੀ ਸ਼ਰਾਬ ਹੋਵੇ ਗਾਉਣ ਵਾਲੇ ਹੋਵੇ ਪਾਵੇ ਜੱਟੂ जट उथे फायर करता है जिते पाबंद हथियार दी गाने गाने वाले होवे होता हाँ। पैग ला के देर बा फड़न वाली गाँव वाले होवे ये हाँ। सारे दे सारे ये ये बहुत वीड्डी गलत कर चुके ने इसलिए बाहर आके पंजाबी माँ बोली तो पंजाबी तो जद तक ये लोग माफी नहीं मंगते मई नहीं छड़ना क्योंकि देखो बाबा नानक राह चल चलन वाला हाँ मैं मई नहीं छड़ना किसी नागा ये गलती कर चुके ने देखो सर एक गल है साफ ਪੰਜਾਬੀ ਸੱਭਿਆਚਾਰ ਨਹੀਂ ਹੈ ਲੱਚਰ ਸ਼ਰਾਬੇ ਹਥਿਆਰੀ ਗਾਣੇ ਤੇ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ 12ਵੀਂ ਸਦੀ ਵਿੱਚ ਬਾਬਾ ਫਰੀਦ ਇੱਕ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚੇ ਨੇ 15ਵੀਂ ਸਦੀ ਵਿੱਚ ਬਾਬਾ ਨਾਨਕ ਇੱਕ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚੇ ਨੇ ਸਤਿਗੁਰੂ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਇੱਕ ਪਰਮਾਤਮਾ ਦੇ ਨਾਦ ਵਿੱਚ ਹੁਣ ਕਿਉਂ ਮੈਂ ਸਾਡੇ ਪੰਜਾਬ ਦੀ ਨੌਜਵਾਨ ਲੱਚਰ ਸ਼ਰਾਬੇ ਹਥਿਆਰੇ ਤੇ ਨੱਚ ਰਹੇ ਨੇ ਮੈਨੂੰ ਦੱਸੋ ਹੂੰ ਨੀਤਾ ਅਸੀਂ ਤਾਂ ਚਲੋ ਤੁਹਾਡੀ ਗੱਲ ਅੱਗੇ ਤੱਕ ਪੰਚਾ ਰਹੇ ਹਾਂ ਤੇ ਤੁਸੀਂ ਵੀ ਇਹ ਜਵਾਬ ਲੱਭ ਰਹੇ ਹੋ ਤੁਹਾਨੂੰ ਮਿਲਿਆ ਇਸ ਦਾ ਜਵਾਬ ਤੁਸੀਂ ਵਕਵਾ ਗਾਇਕਾਂ ਨਾਲ ਗੱਲਬਾਤ ਕੀਤੀ ਤਾਂ ਜਵਾਬ ਮਿਲਿਆ ਇਸ ਗੱਲ ਦਾ ਇਹ ਗੱਲਾਂ ਦਸੀਆਂ ਤੁਸੀਂ ਉਹਨਾਂ ਨੂੰ ਤਾਂ ਫਿਰ ਕੀ ਕਹਿਣਾ ਸੀ ਉਹਨਾਂ ਦਾ ਜੀ ਜੀ ਬਿਲਕੁਲ ਹੁਣ ਹੁਣ ਮਿਲ ਰਹਾ ਹੈ ਮਹਾਰਾਜ ਕਲਾਗ੍ਰਾਮ ਦੇ ਛੋਇਆ ਇੱਕ ਸ਼ੋਦ ਦੌਰਾਨ ਦੋ ਦਿਨਾਂ ਤੋਂ ਪਹਿਲੇ ਗੁਰਦਾਸ ਸਿੰਘ ਉਰਫ ਗੁਰਦਾਸ ਮਾਨ ਸਾਹਮਣੇ कर दी शराब हुए गाने के जोड़े लफ्ज है शराब उन क्ड के नवे टंग नाल पेश कर दिते ने स्टेज पर मैं सम्मान करता है देखो असर हो रहा जी बाबा नानक की उस उस उस, उस राह की असर है वो इसलिए वो शराब की वरतों छड़ के वो होर कोई लफ्ज़ वरतों करके गाना गा चुके ने इस तो अलावा आर नेट राम शर्मा आर नेट उन्होंने बाबा नानक गाना गा चुके ने हमेशा शराब दी गाना गाने वाले शरीमान बाबा नानदी गाना गान चुके ने बुलेट रखे रख्या पटाके पावनु गावण वाले सुनंदा शर्मा बाबा नानदी गाना गा चुके ने सारे दे सारे चंगे राग ते वाले ने चल रहे ने मैंने छडना किसी नो एक दो तीन बच गए ने उना नु मैंने छडना क्योंकि माननीय पंजाब हरियाणा हाई कोर्ट कहंदा है कि लेक्चर शराबी हथियारे गाना कित्ते भी नहीं चलना चहदा असर होर होई सर ਨੀ ਪੰਡਤ ਜੀ ਫਿਰ ਇਹ ਵੀ ਦੱਸੋ ਨਾ ਜਿਹੜੇ ਦੇ ਨਾਮ ਤੁਸੀਂ ਕਿਹਾ ਸ਼ੈਰੀਮਾਨ ਗੁਰਦਾਸ ਮਾਨ ਤੁਸੀਂ ਇਹਨਾਂ ਦੇ ਖਿਲਾਫ ਝੰਡਾ ਚੁੱਕ ਲਿਆ ਤਾਂ ਤੁਹਾਨੂੰ ਫਿਰ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ ਜੋ ਜਿਵੇਂ ਖਬਰਾਂ ਵੀ ਸਿਗੀਆਂ ਸ਼ੈਰੀਮਾਨ ਦਾ ਤੁਹਾਨੂੰ ਗਾਲਾਂ ਕੱਢਦੇ ਤੇ ਖਾਈ ਦਿੱਤੇ ਗਾਲੀ ਜਿੰਨੇ ਮਰਜੀ ਗਾਲੀ ਕੱਢੋ ਜਿੰਨੇ ਮਰਜੀ ਮੈਨੂੰ ਅਪਮਾਨ ਕਰੋ ਬੇਇੱਜ਼ਤੀ ਕਰੋ ਦੇਖੋ ਸਰ ਬੇਇੱਜ਼ਤੀ ਮੇਰਾ ਨਹੀਂ ਹੋ ਸਕਦਾ ਹੈ ਨਾ ਮੇਰੀ ਇੱਜ਼ਤ ਹੈ ਇੱਜ਼ਤ ਵਾਲਾ ਪਰਮਾਤਮਾ ਹੁੰਦਾ ਹੈ ਇੱਜ਼ਤ ਵਾਲਾ ਪਰਮਾਤਮਾ ਸਿਰਫ ਉਸ ਨੂੰ ਇੱਜ਼ਤ ਬੇਇੱਜ਼ਤੀ ਮਾਇ ਨਹੀਂ ਹੋਣ ਦੇਣਾ ਉਸ ਇਸ ਉਸ ਪਰਮਾਤਮਾ ਤੱਕ ਕੌਣ ਪਹੁੰਚਾਉਂਦੇ ਨੇ ਇਹ ਪਾਸ਼ਾ ਇਹ ਸੱਭਿਆਚਾਰ ये पाशा पवित्र पाशा उस परमात्मा तक पहुँचा है इस पाशा की बेजती मैं नहीं होना मैं मेरा कड्डो क्डो जिन्हें मर्जी गाली कड्डो मेरा फ, मेरा कोई फर्क नहीं पैंता महाराज देखो मेरा बाबा नानक आखते ने कूड़ राजा कूड़ प्रजा कूड़ सब संसार इसका पाव है इस दुनिया सब कुछ असत्य है मरण वाला मिट जाने वाला है अस भी मिट जाना है पर यह पाशा हमेशा ले रहा है इसनों उची पद्धे रखने का कम करता है ਜੇਕਰ ਮੈਂ ਇਹ ਕੰਮ ਕਰਨ ਦੇ ਵਕਤ ਜੇ ਮੇਰਾ ਬੇਇੱਜ਼ਤੀ ਕਰ ਦੇਣੇ ਮੇਰੇ ਗਾਲੀ ਕੱਢ ਦੇਣੇ ਕੋਈ ਗੱਲ ਨਹੀਂ ਬਾਬਾ ਨਾਨਕ ਦੀ ਗਾਣਾ ਵੀ ਗਾ ਰਹੇ ਨੇ ਬਹੁਤ ਮਦਿਆ ਗੱਲਾਂ ਹੂੰ ਨਹੀਂ ਪੰਡਿਤ ਜੀ ਇਹ ਹੁਣ ਗੁਨਾ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਇਸ ਵਾਰ ਅਸੀਂ ਮਨਾ ਰਹੇ ਹਾਂ ਉਹ ਸਾਲ ਪੂਰਾ ਚੱਲਦਾ ਰਹੇਗਾ ਇਸ ਤੋਂ ਪਹਿਲਾਂ ਬਾਬੇ ਨਾਨਕ ਦਾ ਨਾਮ ਤੁਹਾਡੇ ਮੂੰਹੋਂ ਘੱਟ ਹੀ ਸੁਣਿਆ ਸੀਗਾ ਹੁਣ ਇਹ ਸਾਲ ਉਹਨਾਂ ਦਾ ਤੁਸੀਂ ਬਾਬਾ ਨਾਨਕ ਦਾ ਤਾਂ ਆੜਤਾ ਨਹੀਂ ਲੈ ਰਹੇ ਉਹਨਾਂ ਦਾ ਨਾਂ ਫੜ ਲਿਆ ਕਿਤੇ ਕਿ ਪੰਡਿਤ ਜੀ ਸੁਰਖੀਆਂ ਚੜ੍ਹਨ ਬਾਬੇ ਨਾਨਕ ਦਾ ਨਾਂ ਲੈ ਲਓ ਨਹੀਂ ਮਹਾਰਾਜ ਨਹੀਂ ਮਹਾਰਾਜ 2003 ਦੇ ਵਿੱਚ ਜਦ ਮੈਂ ਪਹਿਲੀ ਵਾਰ ਆਇਆ ਸੀਗਾ ਕਰਨਾਟਕ ਤੋਂ ਦੋ ਨਹੀਂ ਨਹੀਂ ਮਹਾਰਾਜ 2003 ਦੇ ਵਿੱਚ ਜਦ ਮੈਂ ਪਹੁੰਚਿਆ ਕਰਨਾਟਕ ਤੋਂ 2005 ਤੱਕ ਮੈਂ ਅੰਗਰੇਜ਼ੀ ਹੀ ਪੜਾਂਦਾ ਰਿਹਾ ਉਸ ਤੋਂ ਬਾਅਦ ਇਸ ਪਵਿੱਤਰ ਪੰਜਾਬੀ ਭਾਸ਼ਾ ਸਿੱਖਣ ਤੋਂ ਬਾਅਦ 2008 ਦੇ ਵਿੱਚ ਸ੍ਰੀ ਗੁਰੂ ਸ੍ਰੀ ਜਬਜੀ ਸਾਹਿਬ ਦਾ ਅਨੁਵਾਦ ਹੋਇਆ ਕੰਨੜ ਭਾਸ਼ਾ ਦੇ ਵਿੱਚ ਆਸ਼ਾਦੀ ਵਾਰ ਦੀ ਅਨੁਵਾਦ ਹੋਇਆ 2010 ਦੇ ਵਿੱਚ 2012 ਦੇ ਸੁਖਮਨੀ ਸਾਹਿਬ ਦੇ ਅਨੁਵਾਦ ਹੋਇਆ ਮੈਂ ਤਾਂ 2008 ਤੋਂ ਹੀ ਮੇਰੇ ਬਾਬਾ ਨਾਨਕ ਦੇ ਰਾਹ ਤੇ ਤੁਰਨ ਚੱਲ ਪਾਇਆ ਮਹਾਰਾਜ ਹੁਣ ਨਹੀਂ ਕਰ ਰਿਹਾ ਮੈਂ ਮੇਰਾ ਆਖਰੀ ਦਮ ਤੱਕ ਮੇਰੇ ਬਾਬਾ ਨਾਨਕ ਦੇ ਰਾਹ ਤੇ ਚੱਲਣ ਵਾਲਾ ਮੈਂ ਦੇਖੋ ਇੱਕੋ ਇੱਕ ਦੇਖੋ ਇੱਕ ਵਾਰ ਉਸ ਉਸ ਬਾਬਾ ਨਾਨਕ ਦੀ ਸੱਚਾਈ ਦੀ ਸਿਕੰਜੇ ਵਿੱਚ ਆਓਗੇ ਸੱਚ ਦੇ ਸੱਚ ਤੇ ਨੱਚੋਗੇ ਤੁਸੀਂ ਨੱਚ ਰਿਹਾ ਜੀ ਮੈਂ ਸੱਚ ਤੇ ਹੂੰ ਤੁਹਾਨੂੰ ਸਿੱਧੂ ਬੂਸੇ ਵਾਲਾ ਸਟੇਜ ਤੋਂ ਪਰਫਾਰਮ ਜਦੋਂ ਕਰ ਰਿਹਾ ਸੀਗਾ ਤੁਹਾਨੂੰ ਕਹਿੰਦਾ ਕਿ ਪੰਡਤ ਜੀ ਤੁਸੀਂ ਆਪਣੀ ਤੰਮਲ ਫਿਲਮਾਂ ਚ ਜੇ ਦੇਖੋ ਕੀ ਹਾਲ ਹੋ ਰਿਹਾ ਉੱਥੇ ਦਾ ਸੁਧਾਰ ਹੋਇਆ ਨਹੀਂ ਹਥਿਆਰਾਂ ਦੀ ਗੱਲ ਕੀਤੀ ਕਹਿੰਦੇ ਹਥਿਆਰ ਹੀ ਜਦੋਂ ਖਤਮ ਹੋ ਜਾਣਗੇ ਤਾਂ ਗਾਣੇ ਵੀ ਬੰਦ ਹੋ ਜਾਣਗੇ ਇਹ ਤੁਹਾਨੂੰ ਔਨ ਸਟੇਜ ਬੋਲਿਆ ਸੀਗਾ ਬਿਲਕੁਲ ਬਿਲਕੁਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਗੱਲ ਕਹਿਣ ਤੋਂ ਬਾਅਦ ਤੁਰੰਤ ਉਹਨਾਂ ਦਾ ਸ਼ੋਅ ਵੀ ਬੰਦ ਹੋਇਆ ਸੀ ਉਹ ਐਡਮਿਨਿਸਟ੍ਰੇਸ਼ਨ ਨੇ ਬੰਦ ਵੀ ਕਰ ਦਿੱਤਾ ਗਿਆ ਸੀ ਪਰ ਉਹਨਾਂ ਦਾ ਤਰਕ ਵੀ ਮੰਨਣਾ ਪਵੇਗਾ ਮੈਂ ਮੰਨਦਾ ਹਾਂ ਇਹਨਾਂ ਦਾ ਗੱਲ ਕਿ ਦੱਖਣ ਭਾਰਤ ਦੇ ਵਿੱਚ ਵੀ ਬਲਗੈਰਿਟੀ ਅਲਕੋਹੋਲਿਜ਼ਮ ਗੁੰਡਾਗਰਦੀ ਬਹੁਤ ਗਾਣੀ ਨੇ ਮੈਂ ਮੰਨਦਾ ਇਹ ਗੱਲ ਸਰ ਇਹ ਮੈਂ ਜਿਸ ਦਿਨ ਕਰਨਾਟਕ ਜਾਵਾਂਗਾ ਜਿਸ ਦਿਨ ਕਰਨਾਟਕ ਦੀ ਰੋਟੀ ਖਾਣ ਲਈ ਸ਼ੁਰੂ ਕਰ ਦੇਣਾ ਜਿਸ ਦਿਨ ਉਸੇ ਵਸ ਜਾਣਾ ਮੈਂ ਮੈਂ ਨਹੀਂ ਛੱਡਣਾ ਕਿਸੇ ਦੱਖਣ ਭਾਰਤੀ ਦੇ ਕਲਾਕਰ ਨੂੰ ਮੈਂ ਇੱਕ ਵੀ ਨਹੀਂ ਬਖਸਣਾ ਹੈਗਾ ਪਰ ਜਦ ਤੱਕ ਮੈਂ ਪੰਜਾਬੀ ਛਾਂ ਪੰਜਾਬੀ ਰੋਟੀ ਖਾਵਾਂਗਾ ਪੰਜਾਬ ਦੀ ਹੀ ਗੁਣਗਾਨ ਕਰਾਂਗਾ ਪੰਜਾਬ ਦੀ ਹੀ ਪ੍ਰਫਲਤ ਕਰਾਂਗਾ ਇਸ ਲਈ ਉਹਨਾਂ ਨੂੰ ਪਤਾ ਚੱਲ ਗਿਆ ਜੀ ਇਹ ਗੱਲ ਨਹੀਂ ਪੰਡਿਤ ਜੀ ਫਿਰ ਇਹਦਾ ਮਤਲਬ ਕੀ ਸਮਝੀਏ ਮਤਲਬ ਕਿ ਪੰਡਿਤ ਜੀ ਅੱਜ ਪੰਜਾਬ 'ਚ ਰਹੇ ਤੇ ਪੰਜਾਬ ਦੀ ਰੋਟੀ ਖਾ ਰਹੇ ਤੇ ਪੰਜਾਬ ਦਾ ਗੁਣਗਾਨ ਕਰ ਰਹੇ ਪੰਜਾਬੀ ਭਾਸ਼ਾ ਦੀ ਗੱਲ ਕਰ ਰਹੇ ਆ ਦਾ ਮੂਮੈਂਟ ਤੁਸੀਂ ਉੱਥੇ ਚਲੇ ਜਾਓਗੇ ਕਰਨਾਟਕਾ ਤੇ ਉੱਥੇ ਦੀ ਫਿਰ ਗੱਲ ਕਰਨੀ ਸ਼ੁਰੂ ਕਰ ਦੋਗੇ ਫਿਰ ਪੰਜਾਬੀ ਦਾ ਪਿਆਰ ਮੂੰਹ ਜਿਹੜਾ ਖਤਮ ਹੋ ਜਾਊਗਾ ਯਾ ਅੱਜ ਇੱਥੇ ਰਹਿ ਕੇ ਤੁਹਾਡਾ ਤਮਿਲ ਦੇ ਪ੍ਰਤੀ ਉਥੇ ਕੰਨੜ ਦੇ ਪ੍ਰਤੀ ਉਹਨਾਂ ਪਛਾਣਾਂ ਦੇ ਪ੍ਰਤੀ ਪੇਮ ਖਤਮ ਹੋ ਗਿਆ ਹਾਲਾਂਕਿ ਤੁ ਜੋ ਉਥੇ ਉਥੇ ਦੇ ਜੰਪ ਪਾ ਲੋ ਨਹੀਂ ਬਿਲਕੁਲ ਨਹੀਂ ਇਸ ਗੱਲ ਦੇ ਇੱਕ ਉਦਾਹਰਣ ਦਿੰਦਾ ਏ ਮੈਂ ਪਵੇ ਪੰਜਾਬ ਭਾਸ਼ਾ ਨਾਲ ਬਹੁਤ ਬਹਿਦ ਪਿਆਰ ਕਰਦਾ ਏ ਸਰ ਤੇ ਰੱਖ ਕੇ ਕੂਮਦਾ ਏ ਪੰਜਾਬੀ ਭਾਸ਼ਾ ਨੂੰ ਅਪਣਾਇਆ ਬੱਜੇ ਨੂੰ ਸ਼ਿਖਾਰੇ ਜੇ ਮੇਰੇ ਬੱਚੇ ਨੂੰ ਪਰ ਮੇਰੇ ਕੰਨੜ ਭਾਸ਼ਾ ਨੂੰ ਮੈਂ ਨਹੀਂ ਛੱਡਿਆ मैंने गुरु सब्जी साहब का अनुवाद कन्नड़ भाषा विच अनुवाद करके मेरी मां बोली कन्नड़ नु मैं अमीर पंडित अंबर तक पहुंचा चुके है महाराज कि मैं, मैं मेरे मां बोली नु छड्या मैं नहीं जेकर मैं कन्नड़ भाषा चलावांगा कर्नाटक चला जाऊंगा मेरे पंजाबी मेरे नाल रहेगी ते पंजाबी भाषा जिन्ने भी ਅਨ ਲਿਖਿਤ ਨੇ ਸਾਹਿਤ ਨੇ ਉਹ ਕੰਨੜ ਵਿੱਚ ਅਨਵਾਦ ਕਰਾਂਗੇ ਐਸੀ ਪਵੇ ਸੰਤਰਾਮੂਦਾਸੀ ਹੋਵੇ ਸੰਤਰਾਮੂਦਾਸੀ ਹੋਵੇ ਪਾਸ ਹੋਵੇ ਜਾਂ ਸਾਡੇ ਵੱਡੇ ਵੱਡੇ ਲੇਖਕ ਹੋਵੇ ਜੇ ਉਹਨਾਂ ਦਾ ਅਨਵਾਦ ਹੋਏਗੀ ਹਮ ਬੰਦੇ ਜੀ ਦੋ ਚੀਜ਼ਾਂ ਹੈ ਦੋ ਚੀਜ਼ਾਂ ਦੇ ਵੱਖਰੇ ਵੱਖਰੇ ਮਤਲਬ ਉਹਨਾਂ ਦੇ ਮਾਇਨੇ ਹੁੰਦੇ ਆ ਗੁਰਦਾਸ ਮਾਨ ਦਾ ਜਦੋਂ ਬਿਆਨ ਆਇਆ ਕਿ ਪੰਜਾਬੀ ਮਾਂ ਬੋਲੀ ਤੇ ਹਿੰਦੀ ਦੀ ਜਦੋਂ ਗੱਲ ਚੱਲ ਰਹੀ ਸੀ ਤੇ ਮਾਂ ਤੇ ਮਾਸੀ ਦੀ ਗੱਲ ਕਹੀ ਸੀਗੀ ਕਹਿੰਦਾ ਮਤਲਬ ਹੈ ਜਿਸ ਤਰੀਕੇ ਦੀ ਅੱਜ ਦੁਨੀਆ ਹੈਗੀ ਹੈ ਗਲੋਬਲ ਵਿਲੇਜ ਬਣ ਗਿਆ ਆਪਣਾ ਵਰਲਡ ਜਿਹੜਾ ਹੈਗਾ ਤੇ ਇਸ ਦੇ ਵਿੱਚ ਜਦੋਂ ਆਪਾਂ ਦੂਸਰੀ ਥਾਵਾਂ ਤੇ ਜਾਂਦੇ ਆ ਕੰਟਰੀਆਂ 'ਚ ਜਾਂਦੇ ਆ ਆਪਾਂ ਨੂੰ ਦੂਸਰੀ ਭਾਸ਼ਾ ਸਿੱਖਣ ਦੀ ਲੋੜ ਪੈਂਦੀ ਹੈ ਤੇ ਉਦੋਂ ਆਪਾਂ ਇੰਗਲਿਸ਼ ਦੇ ਵਿੱਚ ਜਾਂ ਬਾਕੀ ਭਾਸ਼ਾਵਾਂ ਦੇ ਵਿੱਚ ਗੱਲਬਾਤ ਕਰਦੇ ਆ ਤਾਂ ਉਹ ਵੀ ਸਿੱਖਣੀ ਲਾਜ਼ਮੀ ਬਣ ਜਾਂਦੀ ਹੈ ਇੱਕ ਪਾਸੇ ਸਿਰਫ ਤੇ ਸਿਰਫ ਨਰੋਲ ਪੰਜਾਬੀ ਦੀ ਗੱਲਬਾਤ ਆਪਾਂ ਕਰਦੇ ਆ ਇਹ ਦੋਨੋਂ ਚੀਜ਼ਾਂ ਵੱਖਰੀਆਂ ਹੈਗੀਆਂ ਪੰਡਿਤ ਜੀ ਕਿੱਥੇ ਸਟੈਂਡ ਕਰਦੇ ਆ ਦੂਜੀ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਜਾਂ ਨਹੀਂ ਸਿੱਖਣੀਆਂ ਚਾਹੀਦੀਆਂ ਜਾਂ ਪੰਜਾਬੀ 'ਚ ਹੀ ਰਹਿ ਜਿਸ ਤਰੀਕੇ ਨਾਲ ਗੱਲ ਬਾਰ ਬਾਰ ਉੱਠਦੀ ਹੈ ਕਿ ਆਪਣੀ ਹੀ ਸਿੱਖੋ ਜਾਂ ਇਹ ਇਸ ਦੇ ਉੱਪਰ ਤਾਂ ਨਹੀਂ ਰਿਜਿਡ ਤਾਂ ਨਹੀਂ ਹੈਗੇ ਇਸ ਦੇ ਉੱਪਰ ਕਿਤੇ ਰਿਜਿਡ ਰਿਜਿਡ ਕਿੱਥੇ ਕੌਣ ਨੇ ਕੋਈ ਨਹੀਂ ਮਹਾਰਾਜ ਦੇਖੋ ਪੰਜਾਬ ਦੇ ਵਿੱਚ ਹਿੰਦੀ ਕੰਪਲਸਰੀ ਸਬਜੈਕਟ ਦੇ ਤੌਰ ਤੇ ਸਿਖਾ ਰਹੇ ਨੇ ਆਲਰੇਡੀ ਸਕੂਲ ਕਾਲਜ ਦੇ ਵਿੱਚ ऑलरेडी कंपलसरी सब्जेक्ट पहले काल तो दसवीं तक है वो कंपलसरी hmm. बच्चे सीख रहे ने, पर ये कलाकार कौन होंगे ने स्टेज तक खड़ के हिंदी सीखो uh, अंग्रेजी सीखो ਕੌਣੁੰਦੇ ਨੇ ਕਲਾਕਾਰ ਦੀ ਕੰਮ ਕਮ ਹੁੰਦਾ ਹੈ ਕਲਾ ਨੂੰ ਦਿਖਾਉਣਾ ਕਲਾ ਨੂੰ ਦਰਸਾਉਣਾ ਪਰ ਇਹਨਾਂ ਨੇ ਰਾਜਨੀਤਿਕ ਮੁੱਦੇ ਬਣਾ ਕੇ ਜਾਂ ਕੁਝ ਸੰਜੀਸ ਕਰਕੇ ਇੱਦਾਂ ਦੀ ਗੱਲ ਕਰ ਰਹੇ ਨੇ ਪਰ ਹਿੰਦੀ ਦੀ ਬੇਕਦਰੀ ਪੰਜਾਬੀ ਵਿੱਚ ਨਹੀਂ ਹੋਇਆ ਸਭ ਤੋਂ ਵੱਧ ਪੰਜਾਬੀ ਅਖਬਾਰ ਇੱਥੇ ਵੰਡਦੇ ਨੇ ਸਭ ਤੋਂ ਵੱਧ ਪੰਜਾਬੀ ਹਿੰਦੀ ਚਾ ਨਾਲ ਇੱਥੇ ਨੇ ਸਾਰੇ ਹਿੰਦੀਕਰਨ ਹੋ ਚੁੱਕੇ ਆ ਜੇ ਜਿਹੜੇ ਬੱਚੇ ਪੰਜਾਬੀ ਬੋਲਦੇ ਹੈ ਸਕੂਲ ਦੇ ਵਿੱਚ ਪੰਜਾਬੀ ਸਕੂਲ ਪੰਜਾਬ ਦੇ ਵਿੱਚ ਉਹਨਾਂ ਦੇ ਜੁਰਮਾ ਨਾ ਹੁੰਦਾ ਹੈ ਪਰ ਹਿੰਦੀ ਬੋਲ ਤੋਂ ਮਾਨ ਮਹਿਸੂਸ ਕਰਦੇ ਨੇ ਸਭ ਕੁਝ ਹਿੰਦੀਕਰਨ ਹੋ ਚੁੱਕਿਆ ਹੈ ਹਿੰਦੀ ਬੋਲਣਾ ਛੱਡ ਦਿੱਤੇ ਨੇ ਬੱਚੇ ਮਹਾਰਾਜ ਇਸ ਲਈ ਮੈਂ ਕਿਹਾ ਕਲਾਕਾਰ ਆਪਣੀ ਮਾਂ ਬੋਲੀ ਨੂੰ ਛੱਡ ਕੇ ਦੂਜੀ ਭਾਸ਼ਾ ਦੀ ਵਕਾਲਤ ਨਹੀਂ ਕਰ ਸਕਦੇ ਮੰਚ ਤੇ ਗਲਤ ਹੈ ਸਰ ਨਹੀਂ ਇਹ ਕਿਉਂ ਤੁਹਾਨੂੰ ਲੱਗਦਾ ਕਿ ਸਾਡੇ ਜਿਹੜੇ ਪੰਜਾਬ ਦੇ ਕਲਾਕਾਰ ਹੈਗੇ ਆ ਮੈਂ ਕਿ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਆ ਇਹ ਕਿਉਂ ਲੱਗਦਾ ਕਿਵੇਂ ਲੱਗਦਾ ਮੈਨੂੰ ਲੱਗਦਾ ਹੈ ਮੈਨੂੰ ਲੱਗਦਾ ਹੈ ਪੰਜਾਬ ਦੇ ਕਲਾਕਾਰ ਨੂੰ ਵੱਡੀ ਪੱਧਰ ਤੇ ਜਿਹੜੇ ਚਾਂਸ ਮਿਲਣਾ ਚਾਹੀਦੇ ਚਾਹੀਦਾ ਜੀ ਜਿਵੇਂ ਹਾਲੀਵੁੱਡ ਦੇ ਵਿੱਚ ਵਾਟੇਵਰ ਦੇ ਫਿਲਮ ਮਿਲਣਾ ਸੀਗਾ ਨਹੀਂ ਮਿਲ ਰਹੇ ਨੇ ਕਿਉਂ ਕਿਉਂਕਿ ਜਿਹੜੇ ਜਿਹੜੇ ਫਿਲਮ ਇੰਡਸਟਰੀ ਹੈ ਪੰਜਾਬ ਦੀ ਉਹ ਵੱਡੀ ਪੱਧਰ ਤੇ ਪ੍ਰਫੁੱਲਤ ਨਹੀਂ ਹੋ ਰਹਾ ਇਸ ਲਈ ਹਿੰਦੀ ਪਾਸੇ ਤੋਂ ਜਿਵੇਂ ਰਜਨੀਕਾਂਤ ਨੂੰ ਮਿਲਿਆ ਹੈ ਅਮਤਾ ਬੱਚਨ ਬੱਚਨ ਨਾਲ ਐਕਟਿੰਗ ਕਰਨ ਦੀ ਤਰ ਮੌਕਾ ਇਹੋ ਜਿਹਾ ਮੌਕਾ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੂੰ ਨਹੀਂ ਮਿਲ ਰਹਾ ਇਸ ਲਈ ਫਰਸਟ੍ਰੇਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ ਹਿੰਦੀ ਸਿੱਖੋ ਅੰਗਰੇਜ਼ੀ ਸਿੱਖੋ ਤਾਂ ਕਿ ਆਗੇ ਪ੍ਰਫੁੱਲਤ ਹੋਵੋਗੇ ਇਸ ਤਰ੍ਹਾਂ ਦੀ ਗਲਤ ਫਹਮੀ ਵਿੱਚ ਫਸੇ ਹੋਏ ਨੇ ਜੋ ਗਲਤ ਹੈ ਹੂੰ ਇਸ ਲਈ ਇਨਨੂੰ ਆਪਣੀ ਮਾਂ ਬੋਲੀ ਨਾਲ ਜੁੜ ਕੇ ਹੀ ਕੰਮ ਕਰਨ ਦੀ ਲੋੜ ਹੈ ਇੱਕ ਉਦਾਹਰਣ ਦਿੰਦਾ ਹਾਂ ਸਰ ਮੈਂ ਰਜਨੀਕਾਂਤ ਪਾਵੇ ਹਿੰਦੀ ਫਿਲਮ ਬਣਾਇਨੇ ਤਮਿਲ ਨੇ ਛੱਡੇ ਨੇ ਕਰਨਾਟਕ ਦੇ ਵਿੱਚ ਡਾਕਟਰ ਰਾਜ ਕੁਮਾਰ 200 ਫਿਲਮ ਬਣਾਉਣ ਤੋਂ ਬਾਅਦ ਵੀ ਅਮਤਾ ਬੱਚਨ ਨਾਲ ਫਿਲਮ ਬਣਾਉਣ ਦਾ ਮੌਕਾ ਮਿਲਿਆ ਪਰ ਉਹਨਾਂ ਨੇ ਕਿਹਾ ਕਿ ਨਹੀਂ ਮੇਰੀ ਮਾਂ ਬੋਲੀ ਵਿੱਚ ਹੀ ਮੈਂ ਆਣਾ ਐਕਟਿੰਗ ਕਰਾਂਗਾ ਇਸ ਲਈ ਮੈਨੂੰ ਲੱਗਦਾ ਹੈ ਪਾਸ਼ਾ ਨੂੰ ਨਹੀਂ ਛੱਡਣਾ ਚਾਹਿਦਾ ਪਾਵੇ ਕੁਝ ਹੋਵੇ ਨਹੀਂ ਤੁਹਾਨੂੰ ਕੀ ਲੱਗਦਾ ਕਿ ਪੈਸੇ ਦੇ ਖਾਤਰ ਸਾਰਾ ਚਕਾ ਚੌਂਦ ਪੈਸਾ ਇਸ ਕਰਕੇ ਸਟਾਰਡਮ ਇਸ ਕਰਕੇ ਕਰ ਰਹੇ ਕੀ ਕਾਰਨ ਹੈ ਪਿੱਛੇ ਕਿਉਂ ਕਰ ਰਹੇ ਅਜਿਹਾ ਨੋ 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 ਗੁਰਦਾਸ ਮਾਨ ਸਾਹਿਬ ਨੂੰ ਪੈਸੇ ਦੀ ਲੋੜ ਨਹੀਂ ਹੈਗਾ ਨਾ ਸਹੁਰਤ ਦੀ ਲੋੜ ਹੈਗਾ ਇਹਨਾਂ ਨੂੰ ਬਹੁਤ ਕਮਾਲ ਦਾ ਕਲਾਕਾਰ ਨੇ ਹਾਂ ਪੈਸੇ ਕਮਾ ਚੁਕੇ ਨੇ ਫਿਰ ਉਹਨਾਂ ਨੇ ਜਦੋਂ ਇਹ ਆਪਣਾ ਬਿਆਨ ਦਿੱਤਾ ਸੀਗਾ ਕਿੱਥੇ ਨੇ ਕਿੱਥੇ ਗੁਰਦਾਸ ਮਾਨ ਸਾਹਿਬ ਨੂੰ ਪਿਆਰ ਗੁਰਦਾਸ ਮਾਨ ਜੀ ਤੁਸੀਂ ਗੱਲ ਕੀਤੀ ਕਹਿੰਦੇ ਮਾਨਾ ਦਾ ਮਾਨ ਗੁਰਦਾਸ ਮਾਨ ਜਦੋਂ ਉਹਨਾਂ ਨੇ ਬਿਆਨ ਦਿੱਤਾ ਕੈਨੇਡਾ ਚ ਜਾ ਕੇ ਫਿਰ ਇਹਨਾਂ ਵਿਵਾਦ ਹੋ ਗਿਆ ਹਾਲਾਂਕਿ ਉਹਨਾਂ ਨੇ ਕਿਹਾ ਤਾਂ ਮੇਰੇ ਪਰਸਨਲ ਬਿਆਨ ਸੀ ਕਿ ਮੈਂ ਕਿਸੇ ਨੂੰ ਨਹੀਂ ਕਹਿੰਦਾ ਮੇਰੇ ਪਰਸਨਲ ਸੀਗੇ ਜੀ ਜੀ ਇਹ ਗੁਰਦਾਸ ਮਾਨ ਸਾਹਿਬ ਨੂੰ ਮੈਂ ਬਹੁਤ ਸਨਮਾਨ ਕਰਦਾ ਹਾਂ ਇਹ ਉਹਨਾਂ ਨੇ ਕੈਨੇਡਾ ਦੇ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ਜਿਹੜੀ ਮਾਂ ਅਤੇ ਮਾਸੀ ਦੀ ਵਕਵਕ ਕਰਕੇ ਕਿਹਾ ਉਹ ਗਲਤ ਮੈਨੂੰ ਲੱਗਦਾ ਹੈ ਕਿਉਂਕਿ ਮਾਂ ਅਤੇ ਮਾਸੀ ਇੱਕੋ ਇੱਕ ਰੂਪ ਹੈ ਉਹ ਮਾਂ ਦੀ ਰੂਪ ਹੈ ਵਕਵਕ ਪਰ ਉਹਨਾਂ ਨੂੰ ਇੱਕੋ ਰੂਪ ਦੇ ਵਿੱਚ ਅਸੀਂ ਦੇਖਣਾ ਚਾਹੀਦਾ ਹਰ ਭਾਸ਼ਾ ਦੀ ਅਸੀਂ ਸਤਿਕਾਰ ਕਰਦੇ ਭਾਵੇਂ ਹਿੰਦੀ ਹੋਵੇ ਸੰਸਕ੍ਰਿਤ ਹੋਵੇ ਉਰਦੂ ਹੋਵੇ ਪੰਜਾਬੀ ਹੋਵੇ ਪਰ ਆਪਣੀ ਮਾਂ ਬੋਲੀ ਨੂੰ ਨਹੀਂ ਛੱਡਣਾ ਛੱਡਣਾ ਨਹੀਂ ਚਾਹੀਦਾ ਇਸ ਲਈ ਕਨੜਾ ਦੇ ਵਿੱਚ ਲੋਕ ਗੁੱਸੇ ਵਿੱਚ ਆ ਕੇ ਵਿਰੋਧ ਕਰ ਦਿੱਤੇ ਨੇ ਉਹ ਗੁੱਸਾ ਗੁੱਸਾ ਤੋਂ ਉਹਨੂੰ ਜਿਰਕਪੁਰ ਦਾ ਸ਼ੋਅ ਵਿੱਚ ਜਾਇਰ ਹੋਇਆ ਵੈਸਟ ਬੰਗਾਲ ਦੇ ਕੋਲਕਾਟਾ ਵਿੱਚ ਜਾਇਰ ਹੋਇਆ ਹੁਣ ਹੋ ਰਿਹਾ ਹੈ ਜੀ ਲੋਕ ਗੁੱਸੇ ਵਿੱਚ ਨੇ ਮੈਨੂੰ ਲੱਗਦਾ ਗੁਰਦਾਸ ਮਾਨ ਸਾਹਿਬ ਨੂੰ ਸਤਕਾਰ ਸਨਮਾਨ ਕਰਨ ਦੀ ਲੋੜ ਹੈ ਕਿਤੇ ਨਹੀਂ ਕਿਤੇ ਗੁਰਦਾਸ ਮਾਨ ਸਾਹਿਬ ਨੂੰ ਪਿਆਰ ਸਨਮਾਨ ਦੇਣਾ ਚਾਹੀਦਾ ਅਸੀਂ ਹੋਰ ਵੱਧ ਉਹਨਾਂ ਨੂੰ ਪਿਆਰ ਕਰਨ ਦੀ ਲੋੜ ਹੈ ਪੰਡਿਤ ਜੀ ਲੈਕਚਰ ਗਏ ਕੀ ਦੀ ਤੁਸੀਂ ਗੱਲ ਬੇਸ਼ੱਕ ਕਰ ਦਿਓ ਕਿ ਲੈਕਚਰ ਗਏ ਕੀ ਪੰਜਾਬੀ ਜਿਹੜੀ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਦਿਖਾਈ ਦੇ ਰਹੀ ਹੈ ਕੀ ਕਾਰਨ ਲੱਗਦਾ ਹੈ ਕੀ ਇਸ ਦੇ ਪਿੱਛੇ ਗੀਤਕਾਰ ਨੇ ਸੰਗੀਤਕਾਰ ਲੇਖਕ ਲਿਰਿਸਟਸ ਜਿਹੜੇ ਲਿਖਦੇ ਨੇ ਜਾਂ ਫਿਰ ਆਪਣਾ ਸਮਾਜ ਹੈ ਕਿ ਮੈਂ ਕਿ ਅੱਜ ਦਾ ਮਾਹੌਲ ਹੀ ਅਜਿਹਾ ਹੋ ਗਿਆ ਜੋ ਲੋਕਾਂ ਨੂੰ ਪਸੰਦ ਹੈ ਇਹ ਸਿੰਗਰ ਲੇਖਾ ਕੇ ਸਾਰੇ ਉਹੀ ਉਹਨਾਂ ਦੇ ਸਾਹਮਣੇ ਪਰੋਸ ਰਿਹਾ ਜੀ ਜੀ ਬਿਲਕੁਲ ਆਧੁਨਿਕ ਕਰਨ ਦੇ ਵਕਤ ਕਲਾਕਾਰ ਲੇਖਕ ਇਹ ਕਮਰਸ਼ਲਾਈਜੇਸ਼ਨ ਵਸਤੂਕਰਨ ਕਰਦੇ ਕਰ ਦਿੰਦੇ ਨੇ ਤੇ ਹੋਰ ਇੱਕ ਵੱਡੀ ਗੱਲ ਹੈ ਸਰ 1952 ਦੇ ਵਿੱਚ ਸਿਨੇਟੋਗ੍ਰਾਫੀ ਐਕਟ ਬਣ ਗਿਆ ਸੀ ਜਿਸ ਦੇ ਤਹਿਤ ਫਿਲਮ ਪਾਸ ਹੁੰਦੇ ਨੇ ਸਭ ਕੁਝ ਪਾਸ ਹੁੰਦਾ ਹੈ ਉੱਥੇ ਪਰ 1950 ਤੋਂ 52 ਤੋਂ ਬਾਅਦ ਹਲੇ ਤੱਕ ਕੋਈ ਵੀ ਉਸ ਦੇ ਵਿੱਚ ਸੰਸ਼ੋਧਨ ਨਹੀਂ ਹੋਇਆ ਅਮੈਂਡਮੈਂਟ ਨਹੀਂ ਹੋਇਆ ਕਿ ਇਸ ਕਾਰਨ ਉਹ ਮਨਮਰਜ਼ੀ ਗਾਣਾ ਵੀਡੀਓ ਵੀਡੀਓ ਗਾਣਾ ਬਣ ਰਹੇ ਨੇ ਆ ਵੈਬ ਸੀਰੀਜ਼ ਬਣ ਰਹੀ ਨੇ ਜਿਸ ਤੇ ਕੰਟਰੋਲ ਨਹੀਂ ਹੈਗਾ ਇਸ ਲਈ ਮੈਂ ਮੰਗ ਵੀ ਕਰਦਾਏ ਤੁਹਾਡੇ ਇੰਡੀਆ ਨਿਊਜ਼ ਦੇ ਬਹੁਤ ਮਸ਼ਹੂਰ ਚੈਨਲ ਦੇ ਦੁਆਰਾ ਕਿ 1952 ਦੇ ਜਿਹੜੇ ਸੰਟਰਫੀ ਐਕਟ ਦੀ ਅਮੈਂਡਮੈਂਟ ਹੋਵੇ ਤਾਂ ਕਿ ਵੈਬ ਸੀਰੀਜ਼ ਤੇ ਕਬਜ਼ਾ ਕੰਟਰੋਲ ਹੋ ਸਕੇ ਇਹੋ ਜਿਹਾ ਵੀਡੀਓ ਤੇ ਕੰਟਰੋਲ ਹੋ ਸਕੇ ਤਾਂ ਕਿ ਲੱਚਰ ਲੱਚਰ ਗਾਣੇ ਸ਼ਰਾਬੀ ਗਾਣੇ ਕੰਟਰੋਲ ਹੋ ਸਕਦੇ ਨੇ ਇਸ ਲਈ ਐਸੀ ਪਾਰਲੀਮੈਂਟ 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 ਦੇ ਵਿੱਚ ਵੀ ਇੱਕ ਬਿਲ ਪਾਸ ਕਰਨ ਲਈ ਕੋਸ਼ਿਸ਼ ਕਰਦਾ ਪਏ ਦੇਖਦੇ ਹਾਂ ਮਹਾਰਾਜ ਜ਼ਰੂਰ ਹੋਏਗੀ ਕੋਸ਼ਿਸ਼ ਪੰਡਿਤ ਜੀ ਇੱਕ ਆਮ ਲੋਕ ਇਹ ਵੀ ਪੁੱਛਦੇ ਆ ਕਿ ਪੰਡਿਤ ਜੀ ਨੂੰ ਕਈ ਟਾਈਮ ਹੋ ਗਿਆ ਇੱਥੇ ਪੰਜਾਬ ਚ ਰਹਿੰਦੇ ਕਈ ਵਰੇ ਹੋਗੇ ਪੰਡਿਤ ਜੀ ਵਧੀਆ ਪੰਜਾਬੀ ਸ਼ੁੱਧ ਪੰਜਾਬੀ ਆਪ ਕਦੋ ਬੋਲਣਗੇ ਹੋਰਾਂ ਨੂੰ ਤਾਂ ਕਹਿ ਰਹੇ ਆ ਪੰਡਿਤ ਜੀ ਨੇ ਸਿੱਖੀ ਵੀ ਹੈ ਕੋਸ਼ਿਸ਼ ਵੀ ਕਰਦੇ ਆ ਤੇ ਟੁੱਟੀ ਭੱਜੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਦੀ ਚਲੋ ਕੋਸ਼ਿਸ਼ ਨੂੰ ਵੀ ਸਲਾਮ ਹੈਗਾ ਪਰ ਪੰਡਿਤ ਜੀ ਵਧੀਆ ਪੰਜਾਬੀ ਕਦੋ ਬੋਲਣਗੇ ਇਹ ਸਵਾਲ ਦਰਸ਼ਕਾਂ ਤੋਂ ਵੀ ਆ ਰਿਹਾ ਤੁਹਾਡੇ ਮੂੰਹੋਂ ਵੀ ਸੁਣਨਾ ਚਾਹੁੰਦੇ ਹੋ ਕਹਿੰਦੇ ਹੋ ਟੀਵੀ ਤੁਸੀਂ ਸਾਰੇ ਪਾਣੀ ਵੀ ਪੀਰੋ ਨਾ ਸਰ ਪੂਰੀ ਤਰ੍ਹਾਂ ਖੁਸ਼ ਹੋਊਗਾ आ, आ, मैं मैं बहुत सम्मान करता है लोगों की विचार थोड़ी विचार मैं बहुत सम्मान करता है देखो जिन्नी मेरे ते असर होया है जिन्नी मेरे ते प्रभु कृपा हुई उन्हीं मैं बोल बोल सकता है लिख भी सकता है दोनों हाथ नाल लिख सद्दे ऊड़ा ऐड़ा ਬਹੁਤ ਸੁੰਦਰ ਤੰਗ ਨਾਲ ਪੜ ਸਕਦਾ ਹੈ ਬੋਲਣ ਦੇ ਵਿੱਚ ਸਾਡੀ ਦੱਖਣ ਭਾਰਤੀ ਦੀ ਜ਼ੁਬਾਨ ਹੋਣ ਕਾਰਨ ਉਹ ਜ਼ੁਬਾਨ ਨਹੀਂ ਘੁੰਮਦਾ ਹੈ ਭਾਵੇਂ ਮੈਂ ਲੱਖ ਕੋਸ਼ਿਸ਼ ਕਰੀਏ ਮੇਰੇ ਸੱਤ ਜਨਮ ਤੋਂ ਬਾਅਦ ਸਾਤ ਪੀੜੀ ਤੋਂ ਬਾਅਦ ਉਹਨੂੰ ਥੋੜਾ ਥੋੜਾ ਘਮਾਓ ਉਹਨੂੰ ਫਿਰ ਪੰਜਾਬੀ ਵੱਲ ਥੋੜਾ ਜਿਆਦਾ ਤੁਸੀਂ ਇਰਾਦਾ ਕਰ ਹੀ ਲਿਆ ਪੰਜਾਬ ਚ ਰਹਿਣ ਦਾ ਝੰਡੀਗੜ੍ਹ ਤਾਂ ਫਿਰ ਜ਼ੁਬਾਨ ਨੂੰ ਘਮਾਓ ਉਦਾਂ ਕਿਉਂਕਿ ਜ਼ੁਬਾਨ ਦੀ ਤਾਂ ਗੱਲ ਹੈ ਏਸੀ ਦੀ ਤਾਂ ਖੇਡ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਬਾਕੀਆਂ ਨੂੰ ਕਿ ਸਾਰੇ ਜ਼ੁਬਾਨ ਤੇ ਕੰਟਰੋਲ ਕਰਨ ਤੇ ਵਧੀਆ ਭਾਸ਼ਾ ਬੋਲਣ ਮਾਂ ਬੋਲੀ ਨੂੰ ਸਤਕਾਰ ਮਿਲੇ ਤੇ ਅਸੀਂ ਉਮੀਦ ਕਰਦੇ ਹਾਂ ਅਗਲੀ ਵਾਰ ਜਦੋਂ ਗੱਲਬਾਤ ਹੋਏਗੀ ਤੁਹਾਡੀ ਜ਼ੁਬਾਨ ਵੀ ਘੁੰਮ ਜਾਏਗੀ ਤੇ ਤੁਸੀਂ ਵੀ ਵਧੀਆ ਪੰਜਾਬੀ ਜੜੀ ਹੈ ਠੇਢ ਪੰਜਾਬੀ ਬੋਲੋਗੇ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਬਹੁਤ-ਬਹੁਤ ਧੰਨਵਾਦ ਪੰਡਿਤ ਜੀ ਜਰੂਰ ਮਹਾਰਾਜ ਜਰੂਰ ਸੋਣੋ ਪੰਜਾਬ ਚ ਨਈ ਇਜਾਜ਼ਤ ਦਿਓ ਧੰਨਵਾਦ